इंसानियत फिर हुई शर्मसार, एक अध्यापक ने हैवानियत दियां हद्दां कीतियां पार। महज 8 सालां बच्चे नूं पहलां हवस दा बनाया शिकार, फिर छत तो ही दे दिता धक्का। इस वीडियो नूं कर दिओ वध तों वध शेयर तां जो इस जालम अध्यापक नूं मिल सके सजा। ਸਤਿ ਸ਼੍ਰੀ ਅਕਾਲ ਦਾ ਟੀਵੀ NRI ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਅੰਜਲੀ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ ਅਧਿਆਪਕ ਦੇ ਵੱਲੋਂ ਕੀਤੀ ਗਈ ਹਰਕਤ ਤੋਂ ਬਾਅਦ, ਇਹ ਜਿਹੜਾ ਅਧਿਆਪਕ ਤੇ ਵਿਦਿਆਰਥੀ ਦਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ, ਗੁਰੂ ਚੇਲੇ ਦਾ ਰਿਸ਼ਤਾ ਮੰਨਿਆ ਜਾਂਦਾ ਹੈ, ਉਹ ਸ਼ਰਮਸਾਰ ਹੋ ਗਿਆ। ਦੱਸ ਦਈਏ ਕਿ ਇੱਕ ਅਧਿਆਪਕ ਦੇ ਵੱਲੋਂ ਮਹਿਜ਼ 8 ਸਾਲਾਂ ਬੱਚੇ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਇੱਥੇ ਹੀ ਹੈਵਾਨੀਅਤ ਦੀਆਂ ਜਿਹੜੀਆਂ ਹੱਦਾਂ ਨੇ ਇੱਥੇ ਹੀ ਪਾਰ ਨਹੀਂ ਹੁੰਦੀਆਂ। ਇਸ ਤੋਂ ਵੱਧ ਜਿਹੜਾ ਹੈ ਉਸ ਬੱਚੇ ਨੂੰ ਛੱਤ ਤੋਂ ਵੀ ਧੱਕਾ ਦੇ ਦਿੱਤਾ ਜਾਂਦਾ, ਜਿਸ ਤੋਂ ਬਾਅਦ ਗੰਭੀਰ ਹਾਲਤ ਦੇ ਵਿੱਚ ਬੱਚੇ ਨੂੰ ਜਦੋਂ ਹਸਪਤਾਲ ਲਿਜਾਇਆ ਜਾਂਦਾ, ਉੱਥੇ ਇਲਾਜ ਦੇ ਦੌਰਾਨ ਬੱਚੇ ਦੀ ਮੌਤ ਹੋ ਜਾਂਦੀ ਹੈ। ਇਸ ਸਾਰੇ ਮਾਮਲੇ 'ਤੇ ਜੋ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸਦੇ ਮੁਤਾਬਕ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਜਿਹੜੇ ਪੈਂਦੇ ਰਾਏਵਿੰਡ ਇਲਾਕੇ ਦੇ ਵਿੱਚ ਇੱਕ ਘਟਨਾ ਵਾਪਰੀ ਹੈ, ਜਿੱਥੇ ਦੇ ਕੇ ਇੱਕ ਮਦਰੱਸੇ ਦੇ ਵਿੱਚ ਹੋਸਟਲ ਦੇ ਵਿੱਚ ਰਹਿਣ ਵਾਲੇ ਮਹਿਜ਼ 8 ਸਾਲਾਂ ਬੱਚੇ, ਜਿਸ ਦੀ ਪਹਿਚਾਣ ਸਮਰ ਦੇ ਵਜੋਂ ਹੋਈ ਹੈ, ਉਸਦੇ ਹੀ ਅਧਿਆਪਕ ਦੇ ਵੱਲੋਂ ਉਸਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਇਹ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਇਸ ਮਦਰੱਸੇ ਦੇ ਅਧਿਆਪਕ ਦੇ ਵੱਲੋਂ ਪਹਿਲਾਂ ਉਸਨੂੰ ਆਪਣੇ ਕਮਰੇ ਦੇ ਵਿੱਚ ਲਿਜਾਇਆ ਗਿਆ, ਉੱਥੇ ਜਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ। ਬਾਅਦ ਦੇ ਵਿੱਚ ਬੱਚਾ ਜਦੋਂ ਇਸ ਸਾਰੇ ਕੰਮ ਦਾ, ਸਾਰੀ ਗਲਤ ਹਰਕਤ ਦਾ ਵਿਰੋਧ ਕਰਦਾ, ਤਾਂ ਉਸਨੂੰ ਛੱਤ 'ਤੇ ਲਿਜਾ ਕੇ ਧੱਕਾ ਦੇ ਦਿੱਤਾ ਜਾਂਦਾ, ਤਾਂ ਕਿ ਇਸ ਅਧਿਆਪਕ ਦੀ ਕਰਤੂਤ ਜਿਹੜੀ ਹੈ ਜੱਗ ਜ਼ਾਹਰ ਨਾ ਹੋਵੇ, ਲੋਕਾਂ ਨੂੰ ਇਸ ਹਰਕਤ ਦਾ ਨਾ ਪਤਾ ਲੱਗੇ। ਪਰ ਇਸੇ ਦੌਰਾਨ ਜਿਹੜਾ ਬੱਚਾ ਹੁੰਦਾ ਹੈ ਉਹ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਜਾਂਦਾ। ਉੱਥੋਂ ਦੇ ਹੋਰ ਟੀਚਰਸ ਦੇ ਵੱਲੋਂ ਉਸਨੂੰ ਜਦੋਂ ਹਸਪਤਾਲ ਲਿਜਾਇਆ ਜਾਂਦਾ, ਤਾਂ ਇਲਾਜ ਦੇ ਦੌਰਾਨ ਹੀ ਇਹ ਬੱਚਾ ਆਪਣੇ ਨਾਲ ਸਾਰੀ ਇਸ ਵਾਪਰੀ ਘਟਨਾ ਦਾ ਜਿਹੜਾ ਹੈ ਉਸਦਾ ਸੱਚ ਬਿਆਨ ਕਰ ਦਿੰਦਾ। ਪੁਲਿਸ ਨੂੰ ਵੀ ਇਸ ਸਾਰੇ ਮਾਮਲੇ ਦੇ ਬਾਰੇ ਜਾਣਕਾਰੀ ਦੇ ਦਿੱਤੀ ਜਾਂਦੀ ਹੈ, ਪਰ ਇਲਾਜ ਦੇ ਦੌਰਾਨ ਹੀ ਬੱਚੇ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ। ਮਹਿਜ਼ 6 ਦਿਨ ਪਹਿਲਾਂ ਹੀ ਇਹ ਬੱਚਾ ਇਸ ਮਦਰੱਸੇ ਦੇ ਵਿੱਚ ਉਸਦੇ ਵੱਲੋਂ ਦਾਖਲਾ ਲਿਆ ਗਿਆ ਸੀ। ਸਮਰ ਨਾਮਕ ਇਸ ਬੱਚੇ ਦੀ ਪਹਿਚਾਣ ਹੋਈ ਹੈ। ਰਾਏਵਿੰਡ ਦੇ ਇਸ ਮਦਰੱਸੇ ਦੇ ਵਿੱਚ ਕਾਜ਼ੀ ਰਿਜ਼ਵਾਨ ਨਾਮਕ ਇਸ ਅਧਿਆਪਕ ਦੇ ਵੱਲੋਂ ਇਸ ਕਰਤੂਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਕਾਜ਼ੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਉਸਨੇ ਸਾਰੇ ਆਪਣੇ ਇਲਜ਼ਾਮ ਨੇ ਉਹ ਵੀ ਕਬੂਲ ਲਏ ਨੇ, ਪਰ ਉਸਦੇ ਵੱਲੋਂ ਇਸ ਜਿਹੜੀ ਕਰਤੂਤ ਨੂੰ ਅੰਜਾਮ ਦਿੱਤਾ ਗਿਆ। ਇਸ ਸਭ ਦੇ ਬਾਰੇ ਉਸਨੇ ਕਿਹਾ ਕਿ ਉਸਨੇ ਪਹਿਲਾਂ ਬੱਚੇ ਨੂੰ ਕਮਰੇ ਦੇ ਵਿੱਚ ਲਿਜਾ ਗਿਆ ਸੀ, ਪਰ ਬੱਚੇ ਦੇ ਵੱਲੋਂ ਲਗਾਤਾਰ ਇਸ ਹਰਕਤ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਇਹ ਉਸਦੀ ਹਰਕਤ ਜੱਗ ਜ਼ਾਹਰ ਨਾ ਹੋਵੇ, ਉਸਦੀ ਇਸ ਕਰਤੂਤ ਦੇ ਬਾਰੇ ਬਾਕੀ ਅਧਿਆਪਕਾਂ ਨੂੰ ਜਾਂ ਫਿਰ ਬੱਚਿਆਂ ਨੂੰ ਨਾ ਪਤਾ ਲੱਗੇ, ਇਸੇ ਕਰਕੇ ਉਹ ਛੱਤ 'ਤੇ ਬੱਚੇ ਨੂੰ ਲਿਜਾਉਂਦਾ, ਉੱਥੋਂ ਛੱਤ ਤੋਂ ਬੱਚੇ ਨੂੰ ਧੱਕਾ ਦੇ ਦਿੰਦਾ। ਪਰ ਇਸ ਸਾਰੇ ਮਾਮਲੇ 'ਤੇ ਉਸਨੇ ਇਹ ਵੀ ਕਿਹਾ ਕਿ ਉਸਨੂੰ ਇਹ ਨਹੀਂ ਸੀ ਪਤਾ ਕਿ ਇਸ ਧੱਕਾ ਦੇਣ ਤੋਂ ਬਾਅਦ ਬੱਚੇ ਦੀ ਜਾਨ ਹੀ ਚਲੀ ਜਾਏਗੀ। ਪਰ ਇਸ ਸਾਰੇ ਮਾਮਲੇ 'ਤੇ ਹੁਣ ਪੁਲਿਸ ਨੇ ਇਸ ਕਾਜ਼ੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ, ਤੇ ਹੁਣ ਜਿਹੜੇ ਬੱਚੇ ਦੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। A to Z ਸਮੱਸਿਆਵਾਂ ਦਾ ਸਮਾਧਾਨ, ਵਰਲਡ ਫੇਮਸ ਤੇ ਤੰਤਰ ਮੰਤਰ ਦੇ ਮਾਹਿਰ ਬਾਬਾ ਕਬੀਰ ਜੀ, ਕਾਲ ਜਾਂ ਵਟਸਐਪ 9667368628। ਕਿਸੇ ਵੀ ਤਰ੍ਹਾਂ ਦਾ ਹੋਵੇ ਕੰਮ, 11 ਘੰਟਿਆਂ 'ਚ ਫਟਾਫਟ 101% ਸਮਾਧਾਨ। ਕਾਲੇ ਇਲਮ ਦੀ ਘਾਟ ਸਾਡੇ ਕੋਲ, ਪਤੀ ਪਤਨੀ ਅਤੇ ਪ੍ਰੇਮੀ ਪ੍ਰੇਮਿਕਾ ਵਸ 'ਚ ਕਰਵਾਓ। ਕੀਤਾ ਕਰਾਇਆ ਜਾਦੂ ਟੂਣਾ, ਮਨਚਾਹਿਆ ਪਿਆਰ, ਵਸ਼ੀਕਰਨ, ਮੁਠਕਰਨੀ ਕਰਵਾਓ ਜਾਂ ਤੁੜਵਾਓ। ਨੌਕਰੀ ਕਾਰੋਬਾਰ 'ਚ ਰੁਕਾਵਟਾਂ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਘਰ 'ਚ ਖੂਨ ਦੇ ਛਿੱਟੇ ਆਉਣੇ, ਬੱਚਿਆਂ ਦਾ ਪੜ੍ਹਾਈ 'ਚ ਮਨ ਨਾ ਲੱਗਣਾ। ਨੋਟ, ਪ੍ਰੇਮੀ ਪ੍ਰੇਮਿਕਾ ਦਾ 100% ਵਸ਼ੀਕਰਨ ਕਰਾਓ। ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ ਸਿਰਫ 11 ਘੰਟਿਆਂ 'ਚ। ਕਾਲ ਜਾਂ ਫਿਰ ਵਟਸਐਪ 9667368628।